आम आदमी पार्टी के पंजाब प्रधान ते सीएम चेहरे के उम्मीदवार भगवंत मान ने दावा किया है कि मैं बादलों के हैलीकॉप्टर नूं धरती ते ला लियाऊंगा। भगवंत मान ने मंडी फसल लिजाण वाले किसानों के लिए भी वड्डा ऐलान किया। अपने हल्के धूरी दे विच चोण प्रचार करन लई पहुंचे सी मान ने ऐलान किया कि असी मंडी की एंट्री ते एक गेट बनावांगे। जदों ट्रैक्टर झोने की ट्राली लैके मंडी च वड़ गया तो फिर उस तो बाद फसल सरकार की हो जाएगी। उस तो बाद भावें फसल का मंडी विच कोई नुकसान होवे कोई फायदा होवे वो सरकार का ही नुकसान फायदा समझा जाएगा। धूरी रैली दे विच मान ने श्रोमणी अकाली दल ते खूब निशाने कसे। आम तौर पर आप देखते हैं कि आम आदमी पार्टी कांग्रेस सरकार नूं ही निशाना बनाउंदी है चन्नी नूं लपेटे विच लैंदी है, पर मान ने ऐतकी श्रोमणी अकाली दल नूं लपेटे विच लिया। कहिंदे मैं बादलां दे हैलीकाप्टर धरती ते ला देऊंगा। हरसिमरत कौर बादल ते निशाना कसदिआं कहा कि नन्नी छा नरमा चुगदी फिरदी सी। सुखबीर बादल किसे दे खेतां विच मोटर ते बह के चाह पींदे सी। प्रकाश सिंह बादल ते भी निशाना कसया, कहिंदे सानू 37 सालां दिआं नूं ओवरेज दसदे ने। आप 94 साल दे होके कहिंदे ने कि सानू एक होर मौका दे दिओ। प्रकाश सिंह बादल दे हाण दे तां पंजाब च रुख भी सुक गए ने। मान ने कहा कि इह तां हाले ट्रेलर है, 20 फरवरी तक तुहाडी जिम्मेदारी है, उस तों बाद मेरी जिम्मेदारी है। लोकां नूं वोट पाउण दी अपील कीती। ਡਾਕਟਰ ਕਹਿੰਦੇ ਨੇ ਆਪਾਂ ਨੂੰ ਘਰੇ ਲਿਜਾ ਕੇ ਸੇਵਾ ਕਰ ਲੈ, ਉਹਦਾ ਮੰਜੇ ਤੇ ਪਾ ਦੇਣਾ, ਠੀਕ ਹੈ ਨਾ। ਬਾਕੀ ਆ ਚੰਨੀ ਹੋਰੀ ਨੇ ਉਹ ਭਦੌੜ ਤੋਂ ਆ ਗਿਆ ਦੱਸ। ਮੈਂ ਕਿਹਾ ਚਮਕੌਰ ਸਾਹਿਬ ਜੀ ਖਤਰੇ ਜਾ ਜੋ ਆ ਜੋ ਆ ਜੋ ਵੈਲਕਮ। ਭਦੌੜ ਵਾਲਿਆਂ ਨੂੰ ਜ਼ਮਾਨਤਾਂ ਜ਼ਬਤ ਕਰਾਉਣੀਆਂ ਆਉਂਦੀਆਂ ਨੇ ਤੇ ਸਿੱਧੂ ਉਹ ਰੋਜ਼ ਪਤਾ ਨੀ ਕੁਛ ਕੀ ਕਹਿ ਦਿੰਦਾ। ਅਲਚ ਕੀ ਹੈ ਨਾ, ਜਿਹੜਾ ਸਿੱਧੂ ਹੈ ਉਹ ਜੋ ਸਿੱਧੂ ਮਾਵਾਂ ਭੈਣਾਂ ਬੈਠੀਆਂ ਇਹ ਵਿਆਹਾਂ ਚ ਲੈਣ ਦੇਣ ਵਾਲੇ ਸੂਟਾਂ ਵਰਗੇ, ਨਾ ਤਾਂ ਉਹਨਾਂ ਨੂੰ ਲਿਫਾਫਾ ਕੋਈ ਖੋਲੇ ਉਹਨਾਂ ਦਾ, ਨਾ ਉਹਨਾਂ ਨੂੰ ਕੋਈ ਸਮਾਵੇ। ਸੋ ਇੱਕ ਦੂਜੇ ਤੇ ਨਿਸ਼ਾਨੇ ਲਾਏ ਜਾ ਰਹੇ ਨੇ। ਭਗਵੰਤ ਮਾਨ ਨੇ ਅਕਾਲੀਆਂ ਨੂੰ ਰਗੜਿਆ ਤਾਂ ਅਕਾਲੀ ਦਲ ਨੇ ਆਮ ਆਦਮੀ ਪਾਰਟੀ ਨੂੰ ਰਗੜ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਮੀਡੀਆ ਸਲਾਹਕਾਰ ਹਰਚਰਨ ਸਿੰਘ ਬੈਂਸ ਨੇ ਸੁਪਰੀਮੋ ਜਿਹੜੇ ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਉਹਨਾਂ ਤੇ ਖੂਬ ਨਿਸ਼ਾਨੇ ਕਸੇ। ਕੇਜਰੀਵਾਲ ਨੂੰ ਸਵਾਲ ਕੀਤਾ, ਕਹਿੰਦੇ ਪੰਜਾਬ ਤੇ ਪੰਜਾਬੀਆਂ ਤੋਂ ਇੱਕ ਮੌਕਾ ਮੰਗਣ ਤੋਂ ਪਹਿਲਾਂ ਕੇਜਰੀਵਾਲ ਇਹ ਦੱਸ ਦੇਣ ਕਿ ਉਹਨਾਂ ਨੇ ਦਿੱਲੀ ਵਿੱਚ ਪੰਜਾਬੀਆਂ ਨੂੰ ਕਿੰਨੇ ਕੁ ਮੌਕੇ ਦਿੱਤੇ ਨੇ। ਸਿੱਖਾਂ ਦੀ ਜੰਗੀ ਕਲਾ ਗੱਤਕਾ ਨੂੰ ਮਾਨਤਾ ਦਿਵਾਉਣ ਲਈ ਕੇਜਰੀਵਾਲ ਵੱਲੋਂ ਕੋਈ ਕਦਮ ਚੁੱਕਣ ਦੀ ਬਜਾਏ ਪਿਛਲੇ 7 ਸਾਲਾਂ ਤੋਂ ਸਿਰਫ ਲਾਰੇ ਹੀ ਲਾਏ ਜਾ ਰਹੇ ਨੇ। ਕੇਜਰੀਵਾਲ ਦੀ ਸਰਕਾਰ ਵਿੱਚ ਕੋਈ ਵੀ ਸਿੱਖ ਜਾਂ ਪੰਜਾਬੀ ਨਹੀਂ ਹੈ, ਨਾ ਹੀ ਕੋਈ ਚੇਅਰਮੈਨ ਦੇ ਅਹੁਦੇ 'ਤੇ ਹੈ, ਪ੍ਰਮੁੱਖ ਅਫਸਰ ਨਹੀਂ, ਕਿਸੇ ਵੀ ਬੋਰਡ ਦਾ ਡਾਇਰੈਕਟਰ ਕੋਈ ਸਿੱਖ ਜਾਂ ਪੰਜਾਬੀ ਨਹੀਂ ਹੈ। ਹੋਰ ਤਾਂ ਹੋਰ ਕੇਜਰੀਵਾਲ ਸਰਕਾਰ ਦੇ ਮੁੱਖ ਸਕੱਤਰ ਜਾਂ ਉਹਨਾਂ ਦੇ ਆਪਣੇ ਪ੍ਰਮੁੱਖ ਸਕੱਤਰਾਂ ਵਿੱਚੋਂ ਵੀ ਕੋਈ ਸਿੱਖ ਜਾਂ ਪੰਜਾਬੀ ਨਹੀਂ ਹੈ। ਦਿੱਲੀ ਵਿੱਚ ਵੱਡੀ ਗਿਣਤੀ ਵਿੱਚ IAS IRS ਤੇ ਹੋਰ ਅਫਸਰ ਪੰਜਾਬੀ ਅਤੇ ਸਿੱਖ ਹਨ, ਬਹੁਤ ਸਾਰੇ ਨੇ, ਪਰ ਕੇਜਰੀਵਾਲ ਨੇ ਇੱਕ ਜਣੇ ਨੂੰ ਵੀ ਤੈਨਾਤ ਨਹੀਂ ਕੀਤਾ। ਉਹਨਾਂ ਸਵਾਲ ਕੀਤਾ ਕਿ ਉਹ ਕਿਹੜੇ ਮੂੰਹ ਨਾਲ ਮੌਕਾ ਮੰਗ ਰਹੇ ਨੇ, ਜਦਕਿ ਉਹਨਾਂ ਨੇ ਕਦੇ ਵੀ ਪੰਜਾਬੀਆਂ ਅਤੇ ਸਿੱਖਾਂ ਦੀ ਕਦਰ ਨਹੀਂ ਪਾਈ। ਪੰਜਾਬੀਆਂ ਕੋ ਦਿੱਲੀ ਮੇਂ ਕਿਆ ਮੌਕਾ ਦਿਆ, ਇਹ ਬਤਾਏ। ਏਕ ਵੀ ਵਜ਼ੀਰ ਆਪਕਾ ਪੰਜਾਬੀ ਨਹੀਂ ਹੈ, ਸਿੱਖ ਨਹੀਂ ਹੈ। ਏਕ ਵੀ ਚੇਅਰਮੈਨ ਪੰਜਾਬੀ ਨਹੀਂ ਹੈ, ਸਿੱਖ ਨਹੀਂ ਹੈ। ਡਾਇਰੈਕਟਰ ਕੋਈ ਪੰਜਾਬੀ ਨਹੀਂ ਹੈ, ਸਿੱਖ ਨਹੀਂ ਹੈ। ਕੋਈ ਆਫਿਸਰ ਆਪਕਾ, ਪ੍ਰਿੰਸੀਪਲ ਸੈਕਰਟਰੀ, ਚੀਫ ਸੈਕਰਟਰੀ, ਹੋਮ ਸੈਕਰਟਰੀ, ਫਾਈਨੈਂਸ ਸੈਕਰਟਰੀ, ਹੈਲਥ ਸੈਕਰਟਰੀ, ਡਿਵੈਲਪਮੈਂਟ ਸੈਕਰਟਰੀ, ਕੋਈ ਵੀ ਪੰਜਾਬੀ ਨਹੀਂ ਹੈ, ਕੋਈ ਵੀ ਸਿੱਖ ਨਹੀਂ ਹੈ। ਤੋ ਦਿੱਲੀ ਮੇਂ ਪੰਜਾਬੀਓਂ ਕੋ ਮੌਕੇ ਪਰ ਦਰਵਾਜ਼ਾ ਬੰਦ ਕਰ ਰੱਖਾ ਹੈ, ਯਹਾਂ ਕਿਆ ਮੌਕਾ ਮੰਗ ਰਹੇ ਹੈ। ਪ੍ਰਕਾਸ਼ ਸਿੰਘ ਬਾਦਲ ਦਾਅਵਾ ਕਰ ਰਹੇ ਨੇ ਕਿ ਆਉਂਦੀ ਸਰਕਾਰ ਪੰਜਾਬ ਦੇ ਵਿੱਚ ਅਕਾਲੀ ਬਸਪਾ ਗੱਠਜੋੜ ਦੀ ਹੀ ਬਣੇਗੀ। ਜਿਵੇਂ ਜਿਵੇਂ ਚੋਣ ਤਰੀਕਾਂ ਨੇੜੇ ਆ ਰਹੀਆਂ ਨੇ, ਸਿਆਸੀ ਲੀਡਰ ਸਰਗਰਮ ਹੁੰਦੇ ਜਾ ਰਹੇ ਨੇ। ਲੰਬੀ ਤੋਂ ਉਮੀਦਵਾਰ ਪ੍ਰਕਾਸ਼ ਸਿੰਘ ਬਾਦਲ ਨੇ ਹਲਕੇ ਦੇ ਪਿੰਡਾਂ ਦਾ ਦੌਰਾ ਕੀਤਾ, ਦਾਅਵਾ ਕੀਤਾ, ਕਹਿੰਦੇ ਸਿਆਸਤ ਵਿੱਚ ਮੇਰਾ ਲੰਬਾ ਤਜਰਬਾ ਹੈ ਅਤੇ ਇਸ ਵਾਰ ਮੇਰਾ ਤਜਰਬਾ ਕਹਿੰਦਾ ਕਿ ਸੂਬੇ ਵਿੱਚ ਅਕਾਲੀ ਬਹੁਜਨ ਸਮਾਜ ਪਾਰਟੀ ਦੇ ਗੱਠਜੋੜ ਦੀ ਸਰਕਾਰ ਬਣੇਗੀ।